ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ, ਜਿਹਦੇ 'ਚ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿੱਚ ਨਿਕਲੀ ਹੋਈ ਨਵੀਂ ਰਿਕਰੂਟਮੈਂਟ ਦੇ ਬਾਰੇ ਵਿੱਚ। ਪੂਰੀ ਡਿਟੇਲ ਦੱਸਾਂਗਾ ਕਿੱਦਾਂ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ ਹੈ, ਔਰ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਰਹੇਗਾ, ਪੂਰੀ ਡਿਟੇਲ 'ਚ ਗੱਲ ਕਰਾਂਗੇ। ਠੀਕ ਹੈ ਜੀ। ਔਰ ਇਹ ਬਹੁਤ ਵੱਡੀ ਖੁਸ਼ਖਬਰੀ ਹੈ, ਜਿਹੜੀ ਬੋਆਇਜ਼ ਐਂਡ ਗਰਲਸ ਦੋਨੇ ਹੀ ਅਪਲਾਈ ਕਰ ਸਕਦੇ ਇਸ ਪੋਸਟ ਦੇ ਲਈ। ਠੀਕ ਹੈ ਜੀ। ਕਾਫੀ ਟਾਈਮ ਤੋਂ ਵੇਟ ਕਰ ਰਹੇ ਸੀ ਕਿ ਗਰਲਸ ਦੇ ਲਈ ਕੋਈ ਵੀ ਜਿਹੜੀ ਪੋਸਟ ਸੀ ਆਊਟ ਨਹੀਂ ਹੋ ਰਹੀ ਸੀਗੀ, ਸੋ ਫਾਈਨਲੀ ਹੁਣ ਜਿਹੜੀ ਪੋਸਟ ਆਊਟ ਹੋਈ ਹੈ ਉਹ ਗਰਲਸ ਐਂਡ ਬੋਆਇਜ਼ ਦੋਨਾਂ ਲਈ ਹੈਗੀ ਹੈ, ਦੋਨੋਂ ਹੀ ਅਪਲਾਈ ਕਰ ਸਕਦੇ ਨੇ। ਠੀਕ ਹੈ ਜੀ। ਕਿੱਦਾਂ ਅਪਲਾਈ ਕਰਨਾ ਹੈ ਆਪਾਂ ਡਿਟੇਲ 'ਚ ਗੱਲ ਕਰਾਂਗੇ। ਉਸ ਤੋਂ ਪਹਿਲਾਂ ਅਗਰ ਮੇਰੇ ਯੂਟਿਊਬ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ, ਸਬਸਕ੍ਰਾਈਬ ਔਰ ਬੈਲ ਬਟਨ ਨੂੰ ਦਬਾਉਣਾ ਨਾ ਭੁੱਲਣਾ। ਅਤੇ ਦੱਸਣਾ ਚਾਹਾਂਗਾ ਕਿ ਤੁਸੀਂ ਅਗਰ ਕਿਸੇ ਵੀ ਸਰਕਾਰੀ ਜੋਬ ਦੀ ਤਿਆਰੀ ਕਰ ਰਹੇ ਹੋ, ਉਹਦੇ ਲਈ ਬੈਸਟ ਟ੍ਰੇਨਿੰਗ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ। ਉੱਥੋਂ ਡਾਊਨਲੋਡ ਕਰਕੇ ਤੁਸੀਂ ਤਿਆਰੀ ਕਰ ਸਕਦੇ ਹੋ। ਔਰ ਸਾਡੀ ਵੈਬਸਾਈਟ www.clory.com ਤੇ ਵਿਜ਼ਿਟ ਕਰਨਾ ਨਾ ਭੁੱਲਣਾ, ਜਿਹਦੇ ਵਿੱਚ ਡੇਲੀ ਬੇਸਿਸ 'ਤੇ ਹੋਣ ਵਾਲੀ ਹੈ ਜਿੰਨੀਆਂ ਵੀ ਗਵਰਨਮੈਂਟ, ਸੈਂਟਰ ਗਵਰਨਮੈਂਟ, ਸਟੇਟ ਗਵਰਨਮੈਂਟ ਦੀਆਂ ਜਿੰਨੀਆਂ ਵੀ ਪੋਸਟ ਹੁੰਦੀਆਂ ਨੇ, ਅਸੀਂ ਡੇਲੀ ਬੇਸਿਸ 'ਤੇ ਅਪਡੇਟ ਕਰਦੇ ਹਾਂ, ਚਾਹੇ ਉਹ ਗਵਰਨਮੈਂਟ ਹੋਵੇ ਚਾਹੇ ਉਹ ਪ੍ਰਾਈਵੇਟ ਸੈਕਟਰ 'ਚ ਹੋਣ। ਠੀਕ ਹੈ ਜੀ। ਸੋ ਚੈੱਕ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ। ਸਾਡੀ ਵੈਬਸਾਈਟ ਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਆਪਣੀ ਈਮੇਲ ਆਈਡੀ ਫਿਲ ਕਰਕੇ, ਸਬਸਕ੍ਰਾਈਬ ਬਟਨ 'ਤੇ ਬੈਲ ਦਬਾ ਕੇ। ਜਦੋਂ ਵੀ ਤੁਹਾਨੂੰ ਕੋਈ ਨਵਾਂ ਸਾਡੇ ਕੋਲ ਨਵਾਂ ਨੋਟੀਫਿਕੇਸ਼ਨ ਆਏਗਾ, ਤੁਹਾਨੂੰ ਅਸੀਂ ਉਹਦੇ ਥਰੂ ਚੈੱਕ ਕਰ ਦਾਂਗੇ। ਠੀਕ ਹੈ। ਤੁਸੀਂ ਉੱਥੋਂ ਅਪਲਾਈ ਕਰ ਸਕਦੇ ਹੋ। ਔਰ ਚਲੋ ਹੁਣ ਗੱਲ ਕਰਦੇ ਹਾਂ ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ ਆਊਟ ਹੋਇਆ ਹੈ। ਇਹ ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ ਆਊਟ ਹੋਇਆ, ਆਪਾਂ ਸਭ ਤੋਂ ਪਹਿਲਾਂ ਔਰਗਨਾਈਜੇਸ਼ਨ ਦਾ ਨੇਮ ਦਾ ਗੱਲ ਕਰ ਲੈਂਦੇ ਹਾਂ, ਵਨ ਸਟੋਪ ਸੈਂਟਰ SBS ਨਗਰ। ਠੀਕ ਹੈ ਜੀ। ਇਹ ਔਰਗਨਾਈਜੇਸ਼ਨ ਨੇਮ ਹੈ। ਟੋਟਲ ਨੰਬਰ ਆਫ ਪੋਸਟ ਜਿਹੜੇ ਨੇ ਉਹ 9 ਨੇ। ਔਰ ਦੱਸਣਾ ਚਾਹਾਂਗਾ ਅਸੀਂ ਪੋਸਟ ਦੀ ਗੱਲ ਕਰ ਲੈਂਦੇ ਹਾਂ। ਪੋਸਟ ਹੈਗੀ ਸੈਂਟਰ ਐਡਮਿਨਿਸਟ੍ਰੇਟਰ ਫੀਮੇਲ ਇੱਕ ਪੋਸਟ ਹੈ, ਪੈਰਾਲੀਗਲ ਪਰਸਨਲ ਲਾਇਰ ਫੀਮੇਲ ਇੱਕ ਹੈ, ਕੇਸ ਵਰਕਰ ਫੀਮੇਲ 2। ਠੀਕ ਹੈ ਜੀ। IT ਸਟਾਫ ਮੇਲ ਐਂਡ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ, 2 ਨੇ। ਕੌਂਸਲਰ ਜਿਹੜੀ ਨੇ ਫੀਮੇਲ ਰਿਕੁਆਇਰਡ 1, ਔਰ ਮਲਟੀਪਰਪਸ ਹੈਲਪਰ ਜਿਹੜੀਆਂ ਨੇ ਫੀਮੇਲ 2 ਰਿਕੁਆਇਰਡ ਨੇ। ਠੀਕ ਹੈ ਜੀ। ਔਰ ਇਹਦੇ ਵਿੱਚ ਆਪਾਂ ਏਜ ਲਿਮਿਟ ਦੀ ਗੱਲ ਕਰੀਏ ਤਾਂ ਸਭ ਦੇ ਲਈ ਅਲੱਗ ਅਲੱਗ ਏਜ ਲਿਮਿਟ ਹੈ, ਤੁਸੀਂ ਨੋਟੀਫਿਕੇਸ਼ਨ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ। ਬਟ ਮੈਂ ਇੱਕ ਤੁਹਾਨੂੰ RF ID ਦੇਣਾ, 18 ਤੋਂ ਲੈ ਕੇ 45 ਸਾਲ ਦੇ ਜਿਹੜੇ ਨੇ ਕੈਂਡੀਡੇਟ ਨੇ ਅਪਲਾਈ ਕਰ ਸਕਦੇ ਨੇ। ਏਜ ਰਿਲੈਕਸੇਸ਼ਨ ਐਪਲੀਕੇਬਲ ਹੈ ਬਟ ਸਿਰਫ SC ਕੈਂਡੀਡੇਟ ਦੇ ਲਈ ਹੈ। ਠੀਕ ਹੈ ਜੀ। ਪੇ ਸਕੇਲ ਜਿਹੜਾ ਹੈ ਸੇਮ ਉਹੀ ਤੁਹਾਨੂੰ ਦੱਸਣਾ ਚਾਹਾਂਗਾ, ਪੋਸਟ ਦੇ ਅਕੋਰਡਿੰਗਲੀ ਅਲੱਗ ਅਲੱਗ ਹੈ। ਠੀਕ ਹੈ ਜੀ। ਔਰ ਇਹਦੇ ਵਿੱਚ ਜਿਹੜੀ ਪੇ ਸਕੇਲ, ਮੈਂ ਤੁਹਾਨੂੰ ਰਫਲੀ ਆਈਡੀਆ ਦੇ ਦੇਣਾ, 10,000 ਤੋਂ ਲੈ ਕੇ 20,000 ਮੈਕਸੀਮਮ ਹੈ। ਠੀਕ ਹੈ ਜੀ। ਔਰ ਕਿੱਦਾਂ ਅਪਲਾਈ ਕਰਨਾ ਹੈ, ਜਿਹੜੇ ਵੀ ਐਲੀਜੀਬਲ ਕੈਂਡੀਡੇਟ ਨੇ ਉਹਨਾਂ ਨੇ ਆਪਣੀ ਐਪਲੀਕੇਸ਼ਨ ਜਿਹੜੇ ਨੇ ਫਾਰਮੈਟ ਉਹਨਾਂ ਨੇ ਦਿੱਤਾ ਹੋਇਆ ਉਹਦੇ ਵਿੱਚ ਉਹਨਾਂ ਨੇ ਦੇਣਾ ਹੈ। ਠੀਕ ਹੈ ਜੀ। ਰਜਿਸਟਰਡ ਪੋਸਟ ਦੇ ਥਰੂ ਸੈਂਡ ਕਰ ਸਕਦੇ ਹੋ, ਆਫਿਸ ਆਫ ਡਿਸਟ੍ਰਿਕਟ ਪ੍ਰੋਗਰਾਮ ਆਫਿਸਰ ਕਮ ਮੈਂਬਰ ਸੈਕਟਰੀ ਐਡਮਿਨਿਸਟ੍ਰੇਟਿਵ ਕੰਪਲੈਕਸ ਸਖੀ, ਵਨ ਸਟੋਪਸ ਸੈਂਟਰ SBS ਨਗਰ, ਰੂਮ ਨੰਬਰ ਜਿਹੜਾ 308, ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਸ਼ਹੀਦ ਭਗਤ ਸਿੰਘ ਨਗਰ, ਨਵਾਂਸ਼ਹਿਰ। ਠੀਕ ਹੈ ਜੀ। ਔਰ ਇਹ ਜਿਹੜੀ ਐਪਲੀਕੇਸ਼ਨਸ ਤੁਹਾਡੀਆਂ ਨੇ ਇਹ ਤੁਸੀਂ ਜਿਹੜੀਆਂ 25 ਅਕਤੂਬਰ 2019 ਤੱਕ ਜਿਹੜੀਆਂ ਨੇ ਸੈਂਡ ਕਰ ਸਕਦੇ ਹੋ। ਠੀਕ ਹੈ ਜੀ। ਇੱਕ ਵਾਰੀ ਅਫੀਸ਼ੀਅਲ ਨੋਟੀਫਿਕੇਸ਼ਨ ਜਿਹੜਾ ਨੀਚੇ ਲਿਖਿਆ ਹੋਇਆ ਇਹ ਤੁਹਾਨੂੰ ਬਣਿਆ ਹੋਇਆ, ਤੁਸੀਂ ਚੈੱਕ ਕਰਕੇ ਇੱਕ ਵਾਰੀ ਜ਼ਰੂਰ ਦੇਖ ਲੈਣਾ ਡਿਟੇਲ ਦੇ ਵਿੱਚ, ਕਿਉਂਕਿ ਇਹਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਦੱਸਿਆ ਹੋਇਆ ਉਹਨਾਂ ਨੇ ਕਿ ਕਿਹੜੀ ਕਿਹੜੀ ਪੋਸਟ ਲਈ ਕੀ ਕੀ ਐਲੀਜੀਬਿਲਿਟੀ ਹੈ ਔਰ ਕੀ ਕੀ ਉਹ ਤੁਸੀਂ ਅਪਲਾਈ ਕਰਨਾ। ਠੀਕ ਹੈ ਜੀ। ਹੋਰ ਵੀ ਕੋਈ ਅਗਰ ਤੁਹਾਨੂੰ ਜਾਣਕਾਰੀ ਤੁਸੀਂ ਰਿਕੁਆਇਰਡ ਹੋਵੇ, ਤੁਸੀਂ ਕਮੈਂਟ ਵਿੱਚ ਬਾਕਸ ਵਿੱਚ ਲਿਖ ਕੇ ਜਿਹੜਾ ਸਾਨੂੰ ਤੁਸੀਂ ਪਾ ਸਕਦੇ ਹੋ, ਅਸੀਂ ਤੁਹਾਨੂੰ ਉਹਦੇ ਜਿਹੜਾ ਜਵਾਬ ਹੈ ਉਹਦੇ ਵਿੱਚ ਲਿਖ ਦਾਂਗੇ। ਠੀਕ ਹੈ ਜੀ। ਆਪਣੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ।